ਜੋ ਮੁੱਖ ਮੰਤਰੀ ਸਾਹਿਬ ਕਹਿੰਦੇ ਨਾ ਕਿ ਧਰਨੇ ਲਾਉਂਦੇ ਨੇ ਪੈਸਿਆਂ ਬਾਰੇ ਜਾਂ ਕਿਸੇ ਹੋਰ ਮਕਸਦ ਬਾਰੇ ਸੋ ਮੁੱਖ ਮੰਤਰੀ ਸਾਹਿਬ ਨੂੰ ਪਹਿਲਾਂ ਤਾਂ ਇੰਨਾ ਘਟੀਆ ਬਿਆਨ ਦੇਣਾ ਨਹੀਂ ਚਾਹੀਦਾ ਕਿਉਂਕਿ ਇੱਕ ਰਾਜਨੇਤਾ ਨੇ ਇੱਕ ਸਾਡੇ ਜੇ ਕਹਿ ਲਈਏ ਸੂਬੇ ਦੇ ਮੁੱਖ ਮੰਤਰੀ ਨੇ ਸਾਡਾ ਮਾਂ ਬਾਪ ਨਾ ਜਿੱਥੋਂ ਤੱਕ ਪੈਸਿਆਂ ਦੀ ਗੱਲ ਆ ਮੁੱਖ ਮੰਤਰੀ ਸਾਹਿਬ ਤੁਸੀਂ ਆਪਦੇ ਖਾਤੇ ਚੈੱਕ ਕਰਾਓ ਆਪਦੇ ਘਰਾਂ ਦੇ ਸਾਡੇ ਜਥੇਬੰਦੀਆਂ ਦੇ ਕਰਾਓ ਕਿਹੜਾ ਖਾਂਦਾ ਹੈ ਇਹ ਨਿਕਲ ਆਊਗਾ ਉਹਦੇ ਸਖ਼ਤ ਤੋਂ ਸਖ਼ਤ ਕਾਰਵਾਈ ਕਰਾਉਣੇ ਅਸੀਂ ਨਾਲ ਥੋੜ੍ਹਾ ਸਾਥ ਦੇਵਾਂਗੇ ਇਹ ਜਿਹੜੀਆਂ ਘਟੀਆਂ ਗੱਲਾਂ ਕਰ ਰਹੀਆਂ ਬਿਲਕੁਲ ਮੰਦਭਾਗੀਆਂ ਨੇ ਬਹੁਤ ਸ਼ਰਮਨਾਕ ਨੇ ਸਾਡਾ ਮੁੱਖ ਮੰਤਰੀ ਇਸ ਦੀਆਂ ਗੱਲਾਂ ਕਰੇ ਦੂਜਾ ਜਿਹੜੀਆਂ ਗੱਲਾਂ ਕਰਦਾ ਵੀ ਮੰਗਾਂ ਮਿਲਣੀਆਂ ਇਹ ਪਿਛਲੇ 10ਵੇਂ ਮਹੀਨੇ ਦੀ 6 ਤਰੀਕ 'ਚ ਗੱਲ ਹੋਈ ਹੈ ਮੁੱਖ ਮੰਤਰੀ ਸਾਹਿਬ ਨਾਲ ਉਹਨਾਂ ਨੇ ਸਮਾਂ ਕਿੰਨਾ ਦਿੱਤਾ ਘੱਟੋ ਘੱਟ 10 ਤੋਂ 15 ਦਿਨਾਂ ਦਾ ਅਤੇ ਅੱਜ ਜਿਹੜੇ 2.5 ਮਹੀਨੇ ਹੋ ਗਏ ਕਿਉਂ ਨਹੀਂ ਉਹਨਾਂ ਨੇ ਲਾਗੂ ਕੀਤੀਆਂ ਕੋਈ ਸਾਡਾ ਸ਼ੌਂਕ ਨਹੀਂ ਬੈਠਣ ਦਾ ਸੜਕ 'ਤੇ ਉਹਨਾਂ ਨੂੰ ਲਾਗੂ ਕਰਨਾ ਸੀ ਅੱਜ ਵੀ ਸਾਡੀ ਇਹੀ ਮੰਗ ਆ ਕਿ ਮੰਗਾਂ ਜਿਹੜੀਆਂ ਮੰਨੀਆਂ ਨੇ ਤੂੰ ਉਹਨਾਂ ਦਾ ਜਲਦੀ ਤੋਂ ਜਲਦੀ ਨੋਟੀਫਿਕੇਸ਼ਨ ਜਾਰੀ ਕਰ ਕਿਸਾਨ ਘਰਾਂ ਨੂੰ ਜਾਣ ਕੋਈ ਕਿਸਾਨਾਂ ਦਾ ਸ਼ੌਂਕ ਨਹੀਂ ਸੜਕ 'ਤੇ ਬੈਠਣਾ ਜੇ ਕਿਸਾਨਾਂ ਨੇ ਕੁਛ ਹਾਸਲ ਕੀਤਾ ਤਾਂ ਲੜ ਪਿੜ ਕੇ ਕੀਤਾ ਜਿਹੜੀ ਇਹ ਕਹਿੰਦੇ ਆ ਵੀ ਟ੍ਰੈਂਡ ਬਣ ਗਿਆ ਕਿਸਾਨਾਂ ਨੇ ਧਰਨੇ ਲਾਉਣੇ ਇਹ ਤਾਂ ਗੱਲ ਮੰਨ ਲਈ ਅਸੀਂ ਵੀ ਸਾਡਾ ਤਾਂ ਟ੍ਰੈਂਡ ਬਣ ਗਿਆ ਅਸੀਂ ਤਾਂ ਧਰਨੇ ਲਾਉਣ ਗਿੱਜ ਗਏ ਕਿਉਂਕਿ ਸਾਡੀ ਤਕਲੀਫ ਦਾ ਹੱਲ ਨਹੀਂ ਹੁੰਦਾ ਸਾਡੀਆਂ ਮੰਗਾਂ ਸਾਨੂੰ ਸਰਕਾਰ ਦਿੰਦੀ ਨਹੀਂ ਅਤੇ ਅਸੀਂ ਇਸ ਟ੍ਰੈਂਡ 'ਚ ਹੈ ਪਰ ਜਿਹੜੇ ਦਫ਼ਤਰਾਂ ਦੇ ਵਿੱਚ ਸਾਡੇ ਕਲਰਕ ਵੀਰ ਬੈਠੇ ਆ ਸਾਡੇ ਮੁਲਾਜ਼ਮ ਵੀਰ ਬੈਠੇ ਆ ਉਹ ਕਿਉਂ ਸੜਕਾਂ 'ਤੇ ਉਤਰਦੇ ਆ ਸਿਹਤ ਕਰਮਚਾਰੀ ਕਿਉਂ ਸੜਕਾਂ 'ਤੇ ਉਤਰਦੇ ਆ ਉਹਨਾਂ ਦਾ ਵੀ ਫਿਰ ਟ੍ਰੈਂਡ ਬਣ ਗਿਆ ਇਹ ਸਰਕਾਰਾਂ ਦਾ ਟ੍ਰੈਂਡ ਬਣ ਗਿਆ ਕਿ ਲੋਕਾਂ ਦਾ ਕੁਛ ਹੁੰਦਾ ਫਿਰੇ ਆਪਾਂ ਝੂਠ ਬੋਲੋ ਲੋਕਾਂ ਤੋਂ ਵੋਟਾਂ ਲਓ ਲੋਕਾਂ ਨੂੰ ਲੋਲੀਪੌਪ ਦਿਓ ਅਤੇ ਆਪਦਾ ਰਾਜ ਕਰੋ ਆਪਦੀਆਂ ਕਮਾਈਆਂ ਕਰੋ ਇਹ ਕਹਿੰਦੇ ਫੰਡਿੰਗ ਵਾਸਤੇ ਹੋ ਰਿਹਾ ਮੁੱਖ ਮੰਤਰੀ ਸਾਹਿਬ ਕਹਿੰਦੇ ਸਭ ਕੁਛ ਕੁਛ ਲੋਕ ਨੇ ਜਿਹੜੇ ਕੁਛ ਲੋਕ ਕਿਹਾ ਉਹਨਾਂ ਨੇ ਕੁਝ ਜਥੇਬੰਦੀਆਂ ਨੇ ਕੋਈ ਲੋਕ ਨੇ ਕਹਿੰਦੇ ਫੰਡਿੰਗ ਵਾਸਤੇ ਜਿਹੜੇ ਧਰਨਾ ਉਹਨਾਂ ਦਾ ਧਰਨੇ ਲਗਾਉਣਾ ਕੰਮ ਹੋ ਇਹਨਾਂ ਨੂੰ ਇਹੋ ਜਿਹੀਆਂ ਗੱਲਾਂ ਇਹੋ ਜਿਹੇ ਬਿਆਨ ਦੇਣ ਤੋਂ ਪਹਿਲਾਂ ਸ਼ਰਮ ਆਉਣੀ ਚਾਹੀਦੀ ਹੈ ਇਹ ਮੁੜਕੇ ਦੀ ਕਮਾਈ ਕਰਕੇ ਪਸੀਨੇ ਦੀ ਕਮਾਈ ਕਰਕੇ ਖੂਨ ਦੀ ਕਮਾਈ ਕਰਕੇ ਲੋਕ ਹੈ ਜਿਹੜੇ ਪੇਟ ਪਾਲਦੇ ਆ ਪੂਰੇ ਭਾਰਤ ਦਾ ਭਾਰਤ ਤੋਂ ਬਾਹਰ ਵੀ ਪਾਲਦੇ ਆ ਲੋਕਾਂ ਦਾ ਪਰ ਇਹਨਾਂ ਨੂੰ ਇਹੋ ਜਿਹੀਆਂ ਗੱਲਾਂ ਕਹਿਣ ਤੋਂ ਗੁਰੇਜ਼ ਕਰਨਾ ਚਾਹੀਦਾ ਜਿਹੜਾ ਅੱਜ ਰਾਤ ਨੂੰ ਵੀ ਬਾਹਰ ਬੈਠਾ ਠੰਡ ਦੇ ਵਿੱਚ ਗਰਮੀ ਦੇ ਵਿੱਚ ਵੀ ਬੈਠਾ ਮੀਂਹ ਹਨੇਰੀ ਦੇ ਵਿੱਚ ਵੀ ਬੈਠਾ ਉਹ ਸ਼ੌਕ ਹੈ ਉਹਦਾ ਬੈਠਣਾ ਜਿਹੜੀ ਇਹ ਗੱਲ ਕਰਦੇ ਬਾਹਰੋਂ ਫੰਡਿੰਗ ਇਹਨਾਂ ਨੂੰ ਆਉਂਦੀ ਹੈ ਇਹ ਲੈਂਦੇ ਹੈ ਉਹਨਾਂ ਵਪਾਰੀਆਂ ਤੋਂ ਉਹਨਾਂ ਕਾਰਪੋਰੇਟ ਘਰਾਣਿਆਂ ਤੋਂ ਜਿਨ੍ਹਾਂ ਵਾਸਤੇ ਭਾਰਤ ਮਾਲਾ ਨਿਕਲ ਰਹੀ ਹੈ ਪੰਜਾਬ ਦੀ ਜ਼ਮੀਨ ਬਰਬਾਦ ਕੀਤੀ ਜਾ ਰਹੀ ਹੈ ਪੰਜਾਬ ਨੂੰ ਬਰਬਾਦ ਕੀਤਾ ਜਾ ਰਿਹਾ ਇਹ ਤਾਂ ਕਰਕੇ ਕਹਿੰਦੇ ਆ ਵੀ ਇਹਨਾਂ ਕਿਸਾਨਾਂ ਨੂੰ ਇਹਨਾਂ ਲੋਕਾਂ ਨੂੰ ਫੰਡਿੰਗ ਆਉਂਦੀ ਹੈ ਜੇ ਸਾਨੂੰ ਫੰਡਿੰਗ ਆਉਂਦੀ ਹੋਵੇ ਸਾਡਾ ਵੀ 5-star ਹੋਟਲਾਂ ਦੇ ਵਿੱਚ ਰਹਿਣਾ ਬਹਿਣਾ ਹੋਵੇ ਅਸੀਂ ਸੜਕਾਂ ਦੇ ਨਾਲ ਲਿਟ ਗਏ ਅਤੇ ਜੇ ਸਾਨੂੰ ਫੰਡਿੰਗ ਆਉਂਦੀ ਹੋਵੇ ਤਾਂ ਤੁਸੀਂ ਵੀ ਸਾਡੇ ਤਲੇ ਚੱਟੋ ਵੀ ਇਹਨਾਂ ਤੋਂ 4 ਰੁਪਏ ਲਵਾਂਗੇ ਫਿਰ ਆਪਾਂ ਵੋਟਾਂ 'ਤੇ ਖਰਚ ਕਰਾਂਗੇ ਇਹ ਜਿਨ੍ਹਾਂ ਲੋਕਾਂ ਤੋਂ ਫੰਡ ਲੈਂਦੇ ਆ ਉਹਨਾਂ ਵਾਸਤੇ ਇਹ ਸਾਰਾ ਕੁਛ ਕਰਦੇ ਆ ਕਿਸਾਨਾਂ ਨੂੰ ਬਦਨਾਮ ਕਰਦੇ ਆ ਨਾ ਕਿਸਾਨ ਜਿਹੜਾ ਪ੍ਰਦੂਸ਼ਣ ਹੈ ਇਹਦੇ ਵਿੱਚ ਕੋਈ ਸ਼ਮੂਲੀਅਤ ਕਰਦੇ ਆ ਇਹ ਵੀ ਇਹਨਾਂ ਦੀ ਮਜਬੂਰੀ ਬਣ ਗਈ ਕੀ ਦਿੱਤਾ ਕਿਸਾਨਾਂ ਨੂੰ ਜਿਹੜੇ ਕਹਿੰਦੇ ਸੀ ਅਸੀਂ 1500 ਰੁਪਇਆ ਸਿੱਧੀ ਬਿਜਾਈ ਦਾ ਦੇਵਾਂਗੇ ਕੁਛ ਨਹੀਂ ਦਿੱਤਾ ਕਿੱਥੇ ਗਿਆ ਇਹਨਾਂ ਦਾ ਜਿਹੜਾ ਬੋਨਸ ਸੀਗਾ ਕਣਕ ਦਾ ਕਿੱਥੇ ਗਈ ਜਿਹੜੀ ਨਰਮੇ ਦੀ ਗਰਦੌਰੀ ਸੀ ਜਿਹੜੇ ਕਹਿੰਦੇ ਸੀ ਤੁਹਾਨੂੰ ਨਰਮੇ ਦੀ ਜਿਹੜਾ ਮੁਆਵਜ਼ਾ ਦੇਵਾਂਗੇ ਇਹ